तकरीबन उन्हां दे नालों ढाई गुणा वड्डा कट सी। वो तो जिहड़ा कोई उन्हां दे नाल है वो अकाली है, दूजा बी टीम है, बोनिया जनाला। हुण उहनूं पुछो भी कांग्रेस की बी टीम है कि अकाली दल है, कि वह हफ्ते दे विच अज बोनिया जनाला अकाली हो गया। पर अज असीं कल्ले संगरूर जिले का कट करके ये दिखाया भी लोग किहदे नाल खड़े ने, कि जिहड़ियां साडियां पंथक यह महान संस्थावां ने SGPC ते अकाली दल के बादल परिवार तो इन्हों मुक्ति दवाई जाए कि शायद असी ही रैली कर सकते हैं, असी ही कट कर सकते हैं। और अक्सर ये गल कहते सी उन्होंने पल्ले की है, उन्होंने नाल कौन है। देखो जिस दिन ये गल इतने बादल दल ने कट किया उस दिन उन्होंने कई अपशब्द वरते। जिहड़ा कट और वड्डी महारैली जिहड़ी होई है ये सुखबीर बादल नू, वड्डे बादल साहब नू और खास करके चिट्टे दे व्यापारी मजीठिए नू ये सुनेहा है कि तुसी जो अपशब्द बोलते हो, जो तुसी गुमान करते हो, अपने गुमान नू रब ते अत दा वैर हुंदा है। ਬਾਦਲਾਂ ਦੇ ਕਬਜ਼ੇ 'ਚੋਂ SGPC ਨੂੰ ਮੁਕਤ ਕਰਵਾਉਣ ਦੇ ਟੀਚੇ ਨੂੰ ਲੈ ਕੇ ਤੁਰੇ ਢੀਂਡਸਾ ਪਰਿਵਾਰ ਅਤੇ ਟਕਸਾਲੀਆਂ ਵੱਲੋਂ ਲਗਾਤਾਰ ਪੰਥਕ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਅੱਜ ਸੰਗਰੂਰ 'ਚ ਕੀਤੀ ਰੈਲੀ ਦੌਰਾਨ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਢੀਂਡਸਾ ਦਾ ਕਹਿਣਾ ਹੈ ਕਿ ਅੱਜ ਲੋਕਾਂ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਪਾਰਟੀ ਲੋਕਾਂ ਦੀ ਹੈ, ਨਾ ਕਿ ਕਿਸੇ ਇੱਕ ਪਰਿਵਾਰ ਦੀ। ਮਤਲਬ ਢੀਂਡਸਾ ਸਿੱਧੇ ਤੌਰ 'ਤੇ ਬਾਦਲਾਂ 'ਤੇ ਨਿਸ਼ਾਨਾ ਸਾਧ ਰਹੇ ਸਨ। ਸਾਡੇ ਜ਼ਿਲ੍ਹੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਹੜੇ ਰਿਕਾਰਡ ਗਿਣਤੀ ਦੇ ਵਿੱਚ ਅੱਜ ਇੱਥੇ ਆਏ ਆ। ਅਤੇ ਤੁਸੀਂ ਸਾਰੇ ਵੀ ਦੇਖਿਆ, ਤੁਸੀਂ ਇਨਫੋਰਮੇਸ਼ਨ CID ਤੋਂ ਵੀ ਲੈ ਸਕਦੇ ਹੋ, ਹੋਰ ਤੋਂ ਵੀ। ਤਕਰੀਬਨ ਉਹਨਾਂ ਦੇ ਨਾਲੋਂ ਢਾਈ ਗੁਣਾ ਵੱਡਾ ਕੱਟ ਸੀ। ਅਤੇ ਲੋਕਾਂ ਨੇ ਸਾਬਿਤ ਕਰਤਾ ਕਿ ਲੋਕ ਸੱਚਾਈ ਨਾਲ ਖੜ੍ਹੇ ਨੇ, ਲੋਕ ਨਾ ਤਾਂ ਲਾਲਚ ਦੇ ਵਿੱਚ, ਨਾ ਕਿਸੇ ਦਬਾਅ ਦੇ ਵਿੱਚ। ਅਤੇ ਜਿਸ ਤਰ੍ਹਾਂ ਉਹਨਾਂ ਨੇ ਪਿਛਲੇ 2-3 ਦਿਨਾਂ ਤੋਂ ਪੂਰਾ ਜੋ ਜਿਹੜਾ ਹੈ ਢਿੱਲ ਲਾਇਆ ਹੋਇਆ ਸੀ ਇਸ ਰੈਲੀ ਨੂੰ ਫੇਲ ਕਰਨ ਦੀ, ਤਾਂ ਲੋਕਾਂ ਨੇ ਇਹ ਸਾਬਿਤ ਕਰਤਾ ਵੀ ਲੋਕਾਂ ਦੀ ਤਾਕਤ ਅੱਗੇ ਕਿਸੇ ਦੀ ਨਹੀਂ ਚੱਲਦੀ। ਅਤੇ ਇਹ ਅੱਜ ਸੰਗਰੂਰ ਤੋਂ ਜਿਹੜਾ ਚੱਲਿਆ ਕਾਫਲਾ ਹੈ, ਇਹ ਸਾਰੇ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਬਣਾਏਗਾ। ਅਤੇ ਲੋਕ ਜਿਹੜੇ ਨੇ ਉਹ ਪੰਥਕ ਸੋਚ ਨਾਲ, ਪੰਥਕ ਵਿਚਾਰਧਾਰਾ ਨਾਲ, ਅਤੇ ਜਿਹੜੀਆਂ ਸਾਡੀਆਂ ਪੰਥਕ ਸੰਸਥਾਵਾਂ ਨੇ, ਚਾਹੇ ਅਕਾਲੀ ਦਲ ਹੈ ਚਾਹੇ SGPC ਹੈ, ਇਹਨਾਂ ਨੂੰ ਮੁਕਤ ਕਰਨ ਲਈ, ਇਹਨਾਂ ਵਿੱਚ ਚੰਗਾ ਪ੍ਰਬੰਧ ਦੇਣ ਲਈ, ਅਤੇ ਸੱਚੀ ਸੁੱਚੀ ਜਿਹੜੀ ਸੋਚ ਰੱਖਣ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਲਈ ਆਉਣਗੇ। ਮੇਰੀ ਗੱਲ ਸੁਣੋ, ਉਹ ਤਾਂ ਜਿਹੜਾ ਕੋਈ ਉਹਨਾਂ ਦੇ ਨਾਲ ਹੈ ਉਹ ਅਕਾਲੀ ਹੈ, ਦੂਜਾ ਬੀ ਟੀਮ ਹੈ, ਬੋਨੀਆ ਜਨਾਲਾ। ਹੁਣ ਉਹਨੂੰ ਪੁੱਛੋ ਵੀ ਕਾਂਗਰਸ ਦੀ ਬੀ ਟੀਮ ਹੈ ਕਿ ਅਕਾਲੀ ਦਲ ਹੈ, ਕਿ ਉਹ ਹਫ਼ਤੇ ਦੇ ਵਿੱਚ ਅੱਜ ਬੋਨੀਆ ਜਨਾਲਾ ਅਕਾਲੀ ਹੋ ਗਿਆ। ਦੇਖੋ ਸਾਡੀ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਘੱਟ ਸੀ, ਅਤੇ ਬਹੁਤ ਇੰਨਾ ਸੀਗਾ ਸਾਨੂੰ ਪੂਰਾ, ਅਸੀਂ ਪ੍ਰਬੰਧ ਨਹੀਂ ਕਰ ਸਕੇ। ਲੋਕ ਤੁਸੀਂ ਦੇਖਿਆ ਸੀਟਾਂ ਤੋਂ ਬਾਅਦ ਵੀ ਬਾਹਰ ਫਿਰਦੇ ਰਹੇ, ਪਹੁੰਚ ਨਹੀਂ ਸਕੇ, ਬਹੁਤ ਲੋਕ ਇੱਥੇ ਆ ਵੀ ਨਹੀਂ ਸਕੇ ਜਿਹੜੇ ਰਸਤੇ ਪਾਸੇ। ਅਸੀਂ ਇਹ ਕੰਪੇਨ ਸਾਰੇ ਨਾਲ ਰਲ ਕੇ, ਜਿਵੇਂ ਢੀਂਡਸਾ ਸਾਹਿਬ ਨੇ ਗੱਲ ਕੀਤੀ ਹੈ, ਚਲਾਵਾਂਗੇ। ਅਤੇ ਅਸੀਂ ਸੱਚ ਦਾ ਹੋਕਾ ਦੇਵਾਂਗੇ ਸਾਰੇ ਪੰਜਾਬ ਦੇ ਵਿੱਚ। ਅਤੇ ਸਾਡਾ ਯਤਨ ਇਹੀ ਹੋਏਗਾ ਕਿ ਸਾਡੀਆਂ ਇਹਨਾਂ ਮਹਾਨ ਸੰਸਥਾਵਾਂ ਦੀ ਅਗਵਾਈ ਚੰਗੇ ਲੋਕਾਂ ਦੇ ਹੱਥ 'ਚ ਆਵੇ। ਸਾਨੂੰ ਜਿਵੇਂ ਮੈਂ ਕਿਹਾ ਸਟੇਜ 'ਤੇ ਵੀ ਕਿਹਾ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਅਸੀਂ ਤਾਂ ਚੰਗੀ ਸੋਚ ਰੱਖਣ ਵਾਲੇ ਲੋਕ ਹੈ, ਉਹ ਅਗਵਾਈ ਕਰਨ ਹੀ ਅਸੀਂ ਕੋਸ਼ਿਸ਼ ਕਰ ਰਹੇ। ਇਕੱਠ ਦੀ ਲੜਾਈ ਕਿਉਂ ਲੜੀ ਜਾ ਰਹੀ ਹੈ, ਕੀ ਲੋੜ ਪੈ ਰਹੀ ਹੈ ਵੀ ਆਪਾਂ ਇਕੱਠ ਵੱਧ ਦਿਖਾਉਣਾ? ਦੇਖੋ ਉਹਨਾਂ ਨੇ ਇਹ ਇੱਥੇ ਆ ਕੇ ਇੱਕ ਯਤਨ ਕੀਤਾ ਸੀ ਵੀ ਇਹ ਦਾਅਵਾ ਕਰਨ ਦਾ ਵੀ ਸੰਗਰੂਰ ਜ਼ਿਲ੍ਹੇ ਦੇ ਲੋਕ ਸਾਡੇ ਨਾਲ ਨੇ ਸਾਰੇ ਪੰਜਾਬ 'ਚੋਂ ਇਕੱਠ ਕਰਕੇ। ਪਰ ਅੱਜ ਅਸੀਂ ਇਕੱਲੇ ਸੰਗਰੂਰ ਜ਼ਿਲ੍ਹੇ ਦਾ ਇਕੱਠ ਕਰਕੇ ਇਹ ਦਿਖਾਇਆ ਵੀ ਲੋਕ ਕਿਹਦੇ ਨਾਲ ਖੜ੍ਹੇ ਨੇ, ਅਤੇ ਨਾਲ ਲੋਕ ਜਿਹੜੇ ਨੇ ਉਹ ਜਿਹੜੇ ਨੇ ਸੱਚਾਈ ਦੇ ਨਾਲ ਖੜ੍ਹੇ ਨੇ। ਅਤੇ ਲੋਕ ਚਾਹੁੰਦੇ ਨੇ ਵੀ ਜਿਹੜੀਆਂ ਸਾਡੀਆਂ ਪੰਥਕ ਇਹ ਮਹਾਨ ਸੰਸਥਾਵਾਂ ਨੇ SGPC ਅਤੇ ਅਕਾਲੀ ਦਲ ਇਹ ਬਾਦਲ ਪਰਿਵਾਰ ਤੋਂ ਇਹਨਾਂ ਨੂੰ ਮੁਕਤੀ ਦਵਾਈ ਜਾਵੇ। ਤੁਸੀਂ ਲੰਬੀ ਇਕੱਠ ਕਰਨ ਜਾ ਰਹੇ ਹੋ ਕੋਈ ਇਸ ਤਰ੍ਹਾਂ ਦਾ? ਪਹਿਲਾਂ ਸਾਰੇ ਪੰਜਾਬ ਜਾਵਾਂਗੇ, ਸਾਡਾ ਅਸੀਂ ਤਾਂ ਹੌਲੀ ਹੌਲੀ ਕਰਕੇ ਕਾਫਲਾ ਵੱਡਾ ਕਰਨਾ ਹੈ ਅਤੇ ਸਾਰੇ ਪੰਜਾਬ 'ਚ ਜਾਵਾਂਗੇ।
ਉੱਥੇ ਦੂਜੇ ਪਾਸੇ ਬਾਦਲ ਪਰਿਵਾਰ ਚੋਂ ਟਕਸਾਲੀਆਂ ਨਾਲ ਮਿਲੇ ਬੱਬੀ ਬਾਦਲ ਨੇ ਵੀ ਬਾਦਲਾਂ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ। ਬੱਬੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਮਿਲ ਕੇ ਲੋਕਾਂ ਨੂੰ ਮੂਰਖ ਬਣਾਉਣ ਤੇ ਤੁਰੇ ਹੋਏ ਨੇ। ਸ਼ਾਇਦ ਅਸੀਂ ਹੀ ਰੈਲੀ ਕਰ ਸਕਦੇ ਹਾਂ, ਅਸੀਂ ਹੀ ਇਕੱਠ ਕਰ ਸਕਦੇ ਹਾਂ। ਔਰ ਅਕਸਰ ਉਹ ਇਹ ਗੱਲ ਕਹਿੰਦੇ ਸੀ, ਉਹਨਾਂ ਦੇ ਪੱਲੇ ਕੀ ਹੈ, ਉਹਨਾਂ ਦੇ ਨਾਲ ਕੌਣ ਹੈ। ਸੋ ਮੈਂ ਸੋਚਦਾ ਜਿਹੜਾ ਅੱਜ ਦਾ ਪੰਥਕ ਇਕੱਠ ਹੈ, ਇਹ ਪੰਥ ਨੂੰ ਔਰ ਕੌਮ ਨੂੰ ਇਹਨੇ ਇੱਕ ਦਿਸ਼ਾ ਦਿੱਤੀ ਹੈ ਨਵੀਂ, ਕਿ ਬਾਦਲ ਰਹਿਤ ਔਰ ਕਾਂਗਰਸ ਰਹਿਤ, ਸਿਆਸੀ ਵੀ ਔਰ ਧਾਰਮਿਕ ਵੀ, ਇਹ ਇੱਕ ਸਿਸਟਮ ਬਣਾਈਏ ਕਿ ਆਪਾਂ ਗੁਰਦੁਆਰਿਆਂ ਦਾ ਜਿੱਥੇ ਪ੍ਰਬੰਧ ਹੈ ਉਹਨੂੰ ਵਧੀਆ ਤਰੀਕੇ ਨਾਲ ਚਲਾਈਏ, ਨਾਲ ਦੀ ਨਾਲ ਲੋਕਾਂ ਨੂੰ ਤੀਜਾ ਇੱਕ ਮਹਾਜ ਦੇ ਸਕੀਏ। ਜਿਹੜਾ ਇਕੱਠ ਹੈ ਤੁਸੀਂ ਅੱਜ ਸੰਗਰੂਰ ਕੀਤਾ, ਜਦਕਿ ਇਹ ਢੀਂਡਸਰ ਗੜਾ, ਕੀ ਜਲਾਲਾਬਾਦ ਵੀ ਇਕੱਠ ਕਰ ਸਕਦੇ? ਦੇਖੋ, ਜਿਸ ਦਿਨ ਇਹ ਗੱਲ ਇੱਥੇ ਬਾਦਲ ਦਲ ਨੇ ਇਕੱਠ ਕੀਤਾ, ਉਸ ਦਿਨ ਉਹਨਾਂ ਨੇ ਕਈ ਅਪਸ਼ਬਦ ਵਰਤੇ, ਬਹੁਤ ਮਨ ਨੂੰ ਟੁੰਬਣ ਵਾਲੀਆਂ ਗੱਲਾਂ ਕਹੀਆਂ, ਲੋਕਾਂ ਦੇ ਵਿੱਚ ਬੜੀ ਇੱਕ ਗੁੱਸਾ ਸੀ। ਢੀਂਡਸਾ ਪਰਿਵਾਰ ਨੂੰ ਸੰਗਰੂਰ ਦੇ ਲੋਕ ਹੀ ਨਹੀਂ, ਪੰਜਾਬ ਦੇ ਲੋਕ ਪਿਆਰ ਕਰਦੇ ਨੇ। ਸੋ ਇਹ ਢੀਂਡਸਾ ਸਾਹਿਬ ਦਾ, ਢੀਂਡਸਾ ਪਰਿਵਾਰ ਦੇ ਹੀ ਲੋਕ ਜਿਹੜੇ ਆਏ ਅੱਜ ਇਹਦੇ ਵਿੱਚ, ਬਾਹਰ ਕਿਉਂ ਨਹੀਂ ਕੀਤੀ ਰੈਲੀ? ਸਵਾਲ ਇਹ ਹੈ ਮੇਰਾ। ਨਹੀਂ, ਅਸੀਂ ਕੱਲ ਪਰਸੋਂ ਅਸੀਂ ਤਰਨ ਤਾਰਨ ਕੀਤੀ ਹੈ, ਅਸੀਂ ਟਕਸਾਲੀ ਉੱਥੇ ਇਕੱਠ ਹੋਇਆ। ਹਾਂ, ਉੱਥੇ ਬਹੁਤ ਇਕੱਠ ਹੋਇਆ, ਢੀਂਡਸਾ ਸਾਹਿਬ ਵੀ ਉੱਥੇ ਆਏ ਸੀ। ਅੱਜ ਦਾ ਜਿਹੜਾ ਇਕੱਠ ਔਰ ਵੱਡੀ ਮਹਾਰੈਲੀ ਜਿਹੜੀ ਹੋਈ ਹੈ, ਇਹ ਸੁਖਬੀਰ ਬਾਦਲ ਨੂੰ, ਵੱਡੇ ਬਾਦਲ ਸਾਹਿਬ ਨੂੰ ਔਰ ਖਾਸ ਕਰਕੇ ਚਿੱਟੇ ਦੇ ਵਪਾਰੀ ਮਜੀਠੀਏ ਨੂੰ ਇਹ ਸੁਨੇਹਾ ਹੈ ਕਿ ਤੁਸੀਂ ਜੋ ਅਪਸ਼ਬਦ ਬੋਲਦੇ ਹੋ, ਜੋ ਤੁਸੀਂ ਗੁਮਾਨ ਕਰਦੇ ਹੋ, ਆਪਣੇ ਗੁਮਾਨ ਨੂੰ ਰੱਬ ਤੇ ਅੱਤ ਦਾ ਵੈਰ ਹੁੰਦਾ ਹੈ, ਕਹਿੰਦੇ ਉੱਚੇ ਬੋਲ ਨਾ ਬੋਲੀਏ ਕਰਤਾਰੋਂ ਡਰੀਏ। ਸੋ ਮੈਂ ਇਹ ਕਹਿਣਾ ਚਾਹੁੰਦਾ, ਅੱਜ ਲੱਖਾਂ ਦੀ ਗਿਣਤੀ ਵਿੱਚ ਜੋ ਸੰਗਤ ਆਈ ਹੋਈ ਹੈ, ਇਹਨੇ ਇਹ ਫਤਵਾ ਦੇ ਤਾ ਕਿ ਨਾ ਤਾਂ ਢੀਂਡਸਾ ਪਰਿਵਾਰ ਕਿਤੇ ਚੱਲਿਆ ਤੇ ਨਾ ਹੀ ਪੰਥ ਦੇ ਬਾਕੀ ਲੀਡਰ, ਟਕਸਾਲੀ ਲੀਡਰ ਔਰ ਦਿੱਲੀਓਂ ਆਏ ਹੋਏ ਲੀਡਰ ਕਿਤੇ ਚੱਲੇ। ਢੀਂਡਸਾ ਪਰਿਵਾਰ ਤੇ ਜੇ ਬਾਦਲ ਪਰਿਵਾਰ ਇਕੱਠਾ ਹੋ ਗਿਆ, ਜਿਹੜੇ ਤੁਸੀਂ ਵਰਕਰ ਗੱਲ ਕਰ ਰਹੇ ਹੋ, ਫਿਰ ਕੀ ਕਰੋਗੇ ਜੇ ਇਕੱਠੇ ਹੋਏ? ਦੇਖੋ, ਮੈਨੂੰ ਇੰਨਾ ਤਾਂ ਪਤਾ ਹੈ ਕਿ ਢੀਂਡਸਾ ਪਰਿਵਾਰ ਦੀ ਛੱਡੋ, ਸਾਡਾ ਇੱਕ ਵਰਕਰ ਵੀ ਬਾਦਲ ਪਰਿਵਾਰ, ਮੈਂ ਖੁਦ ਬਾਦਲ ਹਾਂ, ਮੈਂ ਨਜ਼ਦੀਕੀ ਰਿਸ਼ਤੇਦਾਰ ਹਾਂ, ਮੈਂ ਛੱਡ ਕੇ ਉਹਨਾਂ ਨੂੰ ਆਇਆ। ਕਿਉਂ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਹੀਂ, ਉਹ ਕਿਸੇ ਦਾ ਨਹੀਂ। ਸੰਗਰੂਰ ਚ ਢੀਂਡਸਾ ਸਮਰਥਕਾਂ ਦਾ ਇਕੱਠ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਸਿਆਸਤ ਚ ਕੋਈ ਵੱਡਾ ਧਮਾਕਾ ਕਰਨਗੇ। ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।